ਅਸਲਾਮ ਵਾਲੇਕਮ ਦੋਸਤੋ ਹੋਰ ਸੁਣਾਓ ਕੀ ਹਾਲ ਚਾਲ ਹੈ ਮੈਂ ਤੁਹਾਡਾ ਦੋਸਤ ਅਫਜ਼ਲ ਮੇਰਾ ਚੈਨਲ ਜੀਬੀ ਮੈਂਟਰ ਹੋਰ ਜਿਹੜੀ ਇਹ ਵੀਡੀਓ ਹੈਗੀ ਜੋ ਇੰਤਹਾਹੀ ਜ਼ਬਰਦਸਤ ਹੋਣ ਵਾਲੀ ਹੈ ਮੈਸੇਜ ਹੈ ਕਿ ਤੁਹਾਡੇ ਵਾਸਤੇ ਤੁਹਾਨੂੰ ਦੋਸਤਾਂ ਨੂੰ ਪੈਗਾਮ ਹੈ ਜਿਹੜੇ ਦੋਸਤ ਸਰਕਾਰੀ ਜੋਬ ਹਾਸਲ ਕਰਨ ਵਾਸਤੇ ਜਾਂਦੇ ਨੇ ਤੇ ਸਰਕਾਰੀ ਜੋਬ ਨਹੀਂ ਮਿਲਦੀ ਉਸ ਹਵਾਲੇ ਨਾਲ ਬੜੀ ਜ਼ਬਰਦਸਤ ਵੀਡੀਓ ਬਣਾ ਲਈਏ ਤੇ ਕਿਉਂਕਿ ਇਸ ਤੋਂ ਪਹਿਲੇ ਵੀ ਕੁਝ ਐਸੀ ਵੀ ਜੋਬ ਕਰ ਰਹੇ ਆ ਸਾਡੇ ਵੀ ਦੋਸਤੇ ਤੁਹਾਡੇ ਮੁਹੱਲਿਆਂ 'ਚ ਵੀ ਉਸ ਤੋਂ ਇਲਾਵਾ ਤੁਹਾਨੂੰ ਪਤਾ ਹੋਏਗਾ ਸਰਕਾਰੀ ਜੋਬ ਦਾ ਕੀ ਤਰੀਕਾ ਕਰੇ ਕੋਈ ਵੀ ਸਰਕਾਰੀ ਜੋਬਸ ਆndੀਆਂ ਨੇ ਤੇ ਤਕ ਘਮੋ ਪੇਸ਼ ਜਿਹੜਾ ਹੈਗਾ 6 ਮਹੀਨੇ ਜ਼ਰੂਰ ਲੱਗ ਜਾਂਦੇ ਨੇ 6 ਮਹੀਨੇ ਤੋਂ ਬਾਅਦ ਹੀ ਸਾਰਾ ਪ੍ਰੋਸੀਜਰ ਹੁੰਦਾ ਹੈ ਇਸ਼ਤਿਹਾਰ ਜਦੋਂ ਹੁੰਦਾ ਉਸ ਤੋਂ ਲਾ ਕੇ ਤੇ ਜਿੰਨੀ ਦੇਰ ਸਿੱਦਾ ਤੁਸੀਂ ਡਿਊਟੀ ਤੇ ਨਹੀਂ ਜਾਂਦੀ ਉਨੀ ਦੇਰ ਸਿੱਦਾ ਤਕਰੀਬਨ 6 ਮਹੀਨੇ ਲੱਗ ਜਾਂਦੇ ਨੇ ਤੇ ਅਸੀਂ ਕੀ ਕਰਨੇ ਆ ਕਿ ਸਭ ਤੋਂ ਪਹਿਲੇ ਤੇ ਅਸੀਂ ਆਪਣੀ ਜਿਹੜੀ ਜੌਬਸ ਹੈਗੀ ਐ ਨੌਕਰੀਆਂ ਉਹਨਾਂ ਵਾਸਤੇ ਤੇ ਜੇ ਆਪਣੀ ਫੀਲਡ ਚ ਰਹਿ ਕੇ ਤੇ ਅਪਲਾਈ ਨਹੀਂ ਕਰਦੇ ਬਸ ਜਿੱਧਰ ਆਈ ਗਈਆਂ ਅਪਲਾਈ ਕਰੀ ਗਏ ਯਾਰ ਸਾਡੀ ਏਜ ਓਵਰ ਨਾ ਹੋ ਜੇ ਏਜ ਫਲਾਂਟ ਕੋਈ ਬਹਾਨੇ ਬੁੰਨੇ ਐਵੇਂ ਆਪਣੇ ਆਪ ਨੂੰ ਸਮਝਾ ਕੇ ਆਪਣੇ ਜ਼ਮੀਰ ਨੂੰ ਸਮਝਾ ਕੇ ਅਪਲਾਈ ਕਰੀ ਜਾਂਦੇ ਆ ਕਿ ਇੱਕ ਅਗਰ ਪੋਸਟ ਇੱਕ ਹੀ ਮਹਿਕਮੇ ਦੇ ਵਿੱਚ ਤੁਸੀਂ ਵੇਖੋਗੇ ਇੱਕ ਪੋਸਟ ਆਈਆਂ ਤੇ ਆਪਣੇ ਫੀਲਡ ਚ ਨਹੀਂ ਅਸੀਂ ਅਪਲਾਈ ਕਰਨਾ ਚਾਰ-ਚਾਰ ਦਰਖਾਸਤਾਂ ਦੇ ਦੇ ਦਿੰਦੀਆਂ ਠੀਕ ਐ ਪੀ ਕੀ ਦੇਣਾ ਕੀ ਦੇ ਕੋਈ ਨਾ ਕੋਈ ਯਾਰ ਤੁੱਕਾ ਲੱਗ ਜਾਏ ਸਹੀ ਅਸੀਂ ਭਰਤੀ ਹੋ ਜੀਏ ਸਰਕਾਰੀ ਸਾਫਜ਼ਾਰੇ ਕੇ ਨੌਕਰੀ ਲੱਭ ਜੇਗੀ ਤੇ ਚਲੋ ਆਪਣੀ ਜ਼ਿੰਦਗੀ ਸਕੂਨ ਨਾਲ ਗੁਜ਼ਰੇਗੀ ਅੱਛਾ ਯਾਰ ਮੈਂ ਤੁਹਾਨੂੰ ਐਫਐਸ ਦੱਸਣਾ ਚਾਹਨਾ ਵਾ ਵੀ ਜੜੀਆਂ ਤੁਸੀਂ 2021 ਦੇ ਵਿੱਚ ਗਲਤੀਆਂ ਕੀਤੀਆਂ ਨੇ ਉਹ 2022 ਦੇ ਵਿੱਚ ਗਲਤੀਆਂ ਨਾ ਕਰਿਓ ਠੀਕ ਹੈ ਸਭ ਤੋਂ ਪਹਿਲੇ ਜੜੀ ਤੁਹਾਡੇ ਕੋਲ ਤਾਲੀਮ ਹੈਗੀ ਏ ਉਸ ਦੇ ਮੁਤਲਕਾ ਪ੍ਰੋਫੈਸ਼ਨਲ ਡਿਪਲੋਮੇ ਪ੍ਰੋਫੈਸ਼ਨਲ ਸਕਿਲਸ ਹਾਸਲ ਕਰੋ ਉਸ ਤੋਂ ਇਲਾਵਾ ਜੜੀਆਂ ਬੁਕਸ ਨੇ ਅਗਰ ਤੁਸੀਂ ਪੀਪੀਐਸਸੀ ਦਾ ਇਮਤਿਹਾਨ ਦੇ ਰਹੇ ਜੋ ਐਫਪੀਐਸਸੀ ਦਾ ਇਮਤਿਹਾਨ ਦੇ ਰਹੇ ਜੋ ਐਨਟੀਐਸ ਦੀਆਂ ਜਿਹੜੀਆਂ ਹੈਗੀਆਂ ਨੇ ਐਨਟੀਐਸ ਦਾ ਇਮਤਿਹਾਨ ਤੇ ਹੈ ਹੀ ਆਸਾਨ ਹੈ ਇਹਦੇ ਤੇ ਕੋਈ ਮਸਲਾ ਨਹੀਂ ਅਗਰ ਤੁਸੀਂ ਵੱਡੇ ਇਮਤਿਹਾਨ ਦੇ ਰਹੇ ਜੋ ਸੀਐਸਐਸ ਦਾ ਤਿਆਰੀ ਕਰਨੀ ਚਾਹ ਰਹੇ ਜੋ ਤੇ ਫਿਰ ਉਹਦੇ ਵਾਸਤੇ ਤੁਹਾਨੂੰ ਜ਼ਰੂਰ ਮਿਹਨਤ ਕਰਨੀ ਪਏਗੀ ਔਰ ਮੈਂ ਤੁਹਾਨੂੰ ਦੱਸ ਦਿਆਂ ਕਿ ਕੋਈ ਵੀ ਸ਼ਖਸ ਇਸ ਦੁਨੀਆ ਤੇ ਉਤਨੀ دیر ਸਿਧਾਂ ਨਹੀਂ ਕਾਮਯਾਬ ਹੁੰਦਾ ਜਿੰਨੀ دیر ਸਿਧਾਂ ਉਹ ਇੱਕ ਆਪਣੀ ਕੀਮਤ ਨਾ ਦੇ ਸਕੇ ਕੀਮਤ ਕਿਸ ਦੇ ਵਾਸਤੇ ਤੁਸੀਂ ਆਪਣਾ ਟਾਈਮ ਦਿਓ ਫਿਰ ਉਸ ਤੋਂ ਇਲਾਵਾ ਜਦੋਂ ਅਸੀਂ ਅਸੀਂ ਕਿਸੇ ਮਿਹਨਤ ਕਰਨੇ ਖਾਸ ਮਕਸਦ ਵਾਸਤੇ ਫਿਰ ਸਾਨੂੰ ਆਪਣੀਆਂ ਖੇਡਾਂ ਛੱਡਣੀਆਂ ਪੈਂਦੀਆਂ ਯਾਰਾਂ ਦੋਸਤਾਂ ਨੂੰ ਕੰਮ ਟਾਈਮ ਦੇਣਾ ਪੈਂਦਾ ਮੱਲਿਆਂ ਗਲੀਆਂ ਦੇ ਵਿੱਚ ਘਟ ਖਲੋਣਾ ਪੈਂਦਾ ਠੀਕ ਹੈ ਤੇ ਇਸ ਕਰਕੇ ਤੁਸੀਂ ਅਗਰ ਕੋਈ ਕੋਈ ਵੀ ਜੋਬ ਹਾਸਲ ਕਰਨਾ ਚਾਹੁੰਦੇ ਹੋ ਜਾਂ ਕੋਈ ਵੀ ਕੁਝ ਕਾਰੋਬਾਰ ਕਰਨਾ ਚਾਹੁੰਦੇ ਜੋ ਉਸ ਦੇ ਵਾਸਤੇ ਤੁਹਾਨੂੰ ਇੱਕ ਮੁਕੰਮਲ ਟਾਈਮ ਜਿਹੜਾ ਹੈਗਾ ਦਿਓ ਉਹਦੇ ਉਹਦੇ ਉੱਤੇ ਕੋਈ ਕੰਪਰੋਮਾਈਜ਼ ਨਾ ਕਰੋ ਹਾਂ ਯਾਰ ਮੈਂ ਅੱਜ ਠੀਕ ਨਹੀਂ ਤੁਸੀਂ ਕੋਸ਼ਿਸ਼ ਕਰੋ ਅਗਰ 4 ਘੰਟੇ ਪੜ੍ਹਦੇ ਜੋ ਤੇ 5 ਘੰਟੇ ਪੜ੍ਹਨੇ ਸ਼ੁਰੂ ਕਰ ਦਿਓ ਅਗਰ 5 ਘੰਟੇ ਪੜ੍ਹਦੇ ਜੋ ਤੇ ਆਸਤਾ ਆਸਤਾ ਟਾਈਮ ਨੂੰ ਵਧਾਓ ਘਟਾਓ ਨਾ ਫਿਰ ਉਸ ਤੋਂ ਇਲਾਵਾ ਆਪਣੇ ਜਿਹੜੇ ਤੁਹਾਡੇ ਅੱਛੇ ਅੱਛੇ ਜੌਬਸ ਲੱਗੇ ਨੇ ਜੌਬ ਜਿਨ੍ਹਾਂ ਨੇ ਹਾਸਲਾਂ ਕੀਤੀਆਂ ਨੌਕਰੀ ਅੱਛੀ ਨੌਕਰੀ ਤੇ ਲੱਗੇ ਨੇ ਉਹਨਾਂ ਦੇ ਕੋਲ ਜ਼ਰੂਰ ਜਾਇਆ ਕਰੋ ਉਹਨਾਂ ਨਾਲ ਕੋਲ مشورہ ਲੈ ਲਿਆ ਕਰੋ ਉਹਨਾਂ ਨੂੰ ਦੱਸਿਆ ਕਰੋ ਯਾਰ ਸਾਨੂੰ ਇਹ ਮਸਲਾ ਕੀ ਹੈ ਦਾ ਹੱਲ ਕਰੀਏ ਉਸ ਤੋਂ ਇਲਾਵਾ ਤੁਹਾਡੇ ਘਰ ਦੇ ਵਿੱਚ ਤੁਹਾਡੇ ਮੁਹੱਲੇ ਦੇ ਵਿੱਚ ਤੁਹਾਡੇ ਗਲੀ ਦੇ ਵਿੱਚ ਜਾਂ ਅਕੈਡਮੀ ਦੇ ਵਿੱਚ ਜ਼ਰੂਰ ਜਾਇਆ ਕਰੋ ਅਕੈਡਮੀ ਮੈਂ ਇਹ ਨਹੀਂ ਕਹਿੰਦਾ ਤੁਸੀਂ ਅਗਰ ਨਹੀਂ ਜੁਆਇਨ ਕਰ ਸਕਦੇ ਲੇਕਿਨ ਉਸ ਦੀ ਇਵਜ਼ ਤੁਸੀਂ ਮੁਹੱਲਿਆਂ ਦੇ ਵਿੱਚ ਜਿਹੜੇ ਅੱਛੇ ਲੜਕੇ ਨੇ ਜਿਨ੍ਹਾਂ ਨੇ ਕੁਝ ਮਿਹਨਤ ਕਰਕੇ ਕੁਝ ਮਕਾਮ ਹਾਸਲ ਕੀਤਾ ਉਹਨਾਂ ਨਾਲ ਜ਼ਰੂਰ ਆਪਣਾ ਬੈਠਕ ਬਣਾਓ ਬੈਠੋ ਖਲੋਵੋ ਚਾਹ ਸ਼ਾਇਦ ਪੀਓ ਉਹਨਾਂ ਨਾਲ ਉਹਨਾਂ ਨੂੰ ਦਾਵਤ ਦਿਓ ਯਾਰਾ ਚਾਹ ਪੀਣ ਚਾਹਨੇ ਜਾਂ ਬੋਤਲ ਪੀਣ ਚਾਹਨੇ ਇਸ ਬੰਨੇ ਬਾਹਰ ਬੁਲਾ ਕੇ ਤੇ ਉਹਨਾਂ ਨਾਲ ਗੁਫ਼ਤਗੂ ਕਰੋ ਤੇ ਉਹਨਾਂ ਕੋਲੋਂ ਕੁਝ ਸਿੱਖੋ ਹੁਣ ਲਾਸਟ ਤੇ ਮੈਂ ਤੁਹਾਨੂੰ ਐਫਆਈ ਦੱਸਣਾ ਚਾਹਨਾ ਵਾਂ ਵੀ ਯਾਰ ਐਨਟੀਐਸ ਪੀਪੀਐਨਟੀਐਸ ਐਪੀਟੀਐਸ ਸੀਟੀਐਸ ਓਟੀਐਸ ਜਿੰਨੇ ਵੀ ਐਗਜ਼ਾਮ ਨੇ ਨਾ ਇਹ ਇਤਨੇ ਮੁਸ਼ਕਲ ਨਹੀਂ ਹੈਗੇ ਠੀਕ ਹੈ 7ਵੇਂ ਜਾਂ 10ਵੇਂ ਸਕੇਲ ਸਿਰਫ ਐਗਜ਼ਾਮ ਆਉਂਦੇ ਨੇ ਤੇ ਔਖਾ ਪੀਪੀਐਸਸੀਏ ਐਫਪੀਐਸਸੀਏ ਠੀਕ ਹੈ ਸੀਸੀਐਸਐਸ ਇਹ ਔਖੇ ਨੇ ਇਹਨਾਂ ਵਾਸਤੇ ਮਿਹਨਤ ਚੰਗੀ ਕਰਨ ਬਹੁਤ ਜ਼ਿਆਦਾ ਮਿਹਨਤ ਚਾਹੀਦੀ ਹੈ ਠੀਕ ਹੈ ਲੇਕਿਨ ਇਹ ਮੁਸ਼ਕਲ ਨਹੀਂ ਹੈਗੇ ਤੁਸੀਂ ਅਗਰ ਸ਼ੁਰੂ ਕਰ ਦਿੱਤਾ ਮਿਹਨਤ ਕਰਨਾ ਠੀਕ ਹੈ ਤਾਨੂੰ ਪਤਾ ਲੱਗ ਜੇ ਯਾਰ ਅਸੀਂ ਐਸ ਡਾਇਰੈਕਸ਼ਨ ਚ ਜਾਣਾ ਹੈ ਇਧਰ ਨੂੰ ਜਾਣਾ ਹੈ ਜਾਂ ਉਧਰ ਨੂੰ ਜਾਣਾ ਹੈ ਕਿੱਥੇ ਜਾਣਾ ਤੁਹਾਨੂੰ ਪਤਾ ਲੱਗ ਗਿਆ ਇੱਕ ਦਫਾ ਇੱਕ ਦਫਾ ਤੁਸੀਂ ਸਿੱਧੇ ਰਸਤੇ ਪੈਗੇ ਤੁਸੀਂ ਜ਼ਰੂਰ ਕਾਮਯਾਬ ਹੋਵੋਗੇ ਇਸ ਕਰਕੇ ਆਪਣਾ ਦਿਮਾਗ ਇਸਤੇਮਾਲ ਕਰੋ ਉਹ ਗਲਤੀਆਂ ਨਾ ਕਰੋ ਜਿਹੜੀਆਂ 2021 ਚ ਕੀਤੀਆਂ ਜੋ ਤੁਸੀਂ ਜਿੰਨੇ ਕਾਬਲ ਹੈ ਜੋ ਠੀਕ ਹੈ ਜਿਹੜੇ ਲੋਕ ਕਾਬਲ ਨੇ ਉਹਨਾਂ ਕੋਲ ਬਹੋ ਉਹਨਾਂ ਨਾਲ مشوره ਕਰੋ ਉਹਨਾਂ ਨਾਲ ਦੱਸੋ ਸਾਨੂੰ ਇਹ ਮਸਲੇ ਨੇ ਯਾਰ ਕਿਹੜੀਆਂ ਕਿਤਾਬਾਂ ਪੜ੍ਹੀਏ ਕਿਹੜੇ ਅਸੀਂ ਕੁਝ ਕੰਮ ਸਿੱਖੀਏ ਜਿਹਦੇ ਨਾਲ ਅਸੀਂ ਆਪਣੀ ਨੌਕਰੀ ਹਾਸਲ ਕਰ ਸਕੀਏ ਐਨਟੀਐਸ ਦੀਆਂ ਕਿਤਾਬਾਂ ਰੱਖੋ ਲੈ ਆਣ ਕੇ ਠੀਕ ਹੈ ਤੇ ਦੋ ਤਿੰਨ ਉਹ ਤੁਹਾਡੇ ਕੋਲ ਚੀ ਨੇ ਪੀਪੀਐਸਸੀ ਦੇ ਐਡਵਾਂਸ ਮਾਡਲ ਪੇਪਰ ਜ਼ਰੂਰ ਹੋਣੇ ਤਾਂ ਚਾੜ੍ਹੇ ਤੁਹਾਡੇ ਕੋਲ ਕੰਪਰੀਹੈਂਸਿਵ ਕਿਤਾਬ ਹੋਣੀ ਚਾਹੀਦੀ ਹੈ ਵਨ ਵਨ ਪੇਪਰ ਮਾਡਲ ਕਿਤਾਬ ਹੋਣੀ ਚਾਹੀਦੀ ਹੈ ਪੀਪੀਐਸਸੀ ਦੇ ਕੋਈ ਵੀ ਕਿਤਾਬਾਂ ਲਿਖੀਆਂ ਨੇ ਠੀਕ ਹੈ ਜ਼ਰੂਰ ਤਿੰਨ ਤੋਂ ਚਾਰ ਤੁਸੀਂ ਐਵੇਂ ਦੀਆਂ ਕਿਤਾਬਾਂ ਜ਼ਰੂਰ ਲੈ ਆਣ ਕੇ ਰੱਖੋ ਮੁਕਾਬਲੇ ਦੇ ਇਮਤਿਹਾਨ ਦੇਣ ਵਾਸਤੇ ਤੇ ਤੁਸੀਂ ਇੱਕ ਮੇਰਾ ਖਿਆਲ ਹੈ ਕਿ ਤੁਸੀਂ ਸਾਲ ਤੁਸੀਂ ਪੜ੍ਹਨਾ ਹੈ ਠੀਕ ਹੈ ਜਾਂ 6 ਮਹੀਨੇ ਪੜਨੇ ਉਸ ਤੋਂ ਇਲਾਵਾ ਤੁਸੀਂ ਸਕੂਨ ਨਾਲ ਨੌਕਰੀ ਹਾਸਲ ਕਰ ਲੈਣੀ ਕਿਸੇ ਦਾ ਤੁਸੀਂ ਰਿਸ਼ਵਤ ਦੇਣ ਦੀ ਜ਼ਰੂਰਤ ਨਹੀਂ ਕਿਸੇ ਨੂੰ ਕੁਝ ਨਹੀਂ ਕਰਨਾ ਹਾਂ ਤੁਸੀਂ ਅੱਜ ਹੀ ਅਗਰ ਤੁਸੀਂ 2000 ਜਨਵਰੀ ਤੋਂ ਸ਼ੁਰੂ ਕਰਦੇ ਹੋ ਠੀਕ ਹੈ ਤੇ ਨਵੰਬਰ ਦਸੰਬਰ ਸਿੱਧਾ ਜਾਂਦੇ ਆ ਤੁਸੀਂ ਮੈਨੂੰ ਖੁਦ ਦੱਸੋ ਯਾਰ ਤੋਂ ਹਾਂ ਮਿਹਨਤ ਕਰਦੇ ਰਹੋ ਤੁਸੀਂ ਜ਼ਰੂਰ ਤੁਸੀਂ ਕਿਸੇ ਨਾ ਕਿਸੇ ਨੌਕਰੀ ਤੇ ਸੈੱਟ ਹੋ ਜਾਓਗੇ ਜੇ ਨੌਕਰੀ ਤੇ ਨਾ ਸੈੱਟ ਹੋਏ ਤੇ ਇਤਨੇ ਜ਼ਰੂਰ ਤੁਸੀਂ ਕਾਬਲ ਹੋ ਜਾਓਗੇ ਕਿ ਕੋਈ ਨੌਕਰੀ ਵੀ ਆਂਦੀ ਹੈ ਤੇ ਤੁਸੀਂ ਉਹਦਾ ਪੇਪਰ ਸਕੂਨ ਨਾਲ ਦੇ ਕੇ ਪੇਪਰ ਚ ਇੰਟਰਵਿਊ ਸੀਦਾ ਜ਼ਰੂਰ ਜਾਂਦੇ ਜਾਓ ਅੱਗੇ ਮੈਰਿਟ ਤੇ ਛੱਡ ਦਿਓ ਜੇ ਅਗਰ ਅੱਲਾ ਤਾਲਾ ਰੋਜ਼ੀ ਰੱਖੀ ਲਿਖੀ ਹੋਈ ਤੇ ਤੁਹਾਨੂੰ ਜ਼ਰੂਰ ਮਿਲੇਗੀ ਠੀਕ ਹੈ ਉਮੀਦ ਹੈ ਕਿ ਤੁਹਾਨੂੰ ਅੱਜ ਦੀ ਜਿਹੜੀ ਵੀਡੀਓ ਜ਼ਰੂਰ ਪਸੰਦ ਆਈ ਹੋਵੇਗੀ ਤੇ ਯਾਰ ਕੋਈ ਵੀ ਨੌਕਰੀ ਕੋਈ ਵੀ ਚੀਜ਼ ਰਿਸ਼ਵਤ ਦੇ ਕੇ ਹਾਸਲ ਨਾ ਕਰਿਓ ਠੀਕ ਹੋ ਗਿਆ ਉਸ ਤੋਂ ਬਾਅਦ ਐਂਡ ਤੇ ਮੈਂ ਤੁਹਾਨੂੰ ਇਹ ਵੀ ਕਹਾਂਗਾ ਕਿ ਕੋਈ ਵੀ ਬੰਦਾ ਕਾਮਯਾਬ ਹੋਇਆ ਉਹਦੇ ਪਿੱਛੇ ਉਹਨੇ ਮਿਹਨਤ ਜ਼ਰੂਰ ਕੀਤੀ ਹੈ ਠੀਕ ਹੈ ਅਗਰ ਤੁਸੀਂ ਕਿਸੇ ਵੀ ਸ਼ਖਸ ਨੂੰ ਲੈ ਲਓ ਜਿਨੇ ਵੀ ਅੱਛੀ ਨੌਕਰੀ ਲਈ ਉਹਨੇ ਚੰਗੀ ਅੱਛੀ ਚੰਗੀ ਚੰਗੀ ਅੱਛੀ ਉਹਨੇ ਮਿਹਨਤ ਜ਼ਰੂਰ ਕੀਤੀ ਹੈ ਠੀਕ ਹੈ ਤੇ ਇਸ ਕਰਕੇ ਤੁਸੀਂ ਮਿਹਨਤ ਕਰੋਗੇ ਤੇ ਜ਼ਰੂਰ ਕਾਮਯਾਬ ਹੋ ਜਾਓਗੇ। ਅਗਰ ਤੁਸੀਂ ਜਿਹੜਾ ਹੈਗਾ alibaba.com ਹੈਗੀ ਉਹਦਾ ਵੇਖ ਲਓ ਉਹ ਕਹਿ ਰਿਹਾ ਸੀ ਕਿ ਅਸੀਂ 18 ਸਾਲ مسلسل ਮਿਹਨਤ ਕੀਤੀ ਹੈ ਫਿਰ ਅਜੇ ਮਕਾਮ ਹਾਸਲ ਕੀਤਾ ਤੇ ਅੱਜ ਉਹਨੂੰ ਕੋਈ ਟੱਕਰ ਦੇਣ ਵਾਲਾ ਨਹੀਂ ਹੈਗਾ। ਠੀਕ ਹੈ। ਐਸੀ ਤਰ੍ਹਾਂ ਇਦਰਾਜ਼ ਐਸੀ ਤਰ੍ਹਾਂ ਜਿੰਨੇ ਵੀ ਅੱਗੇ ਆਏ ਨੇ ਆਣ ਕੇ ਉਹਨਾਂ ਨੇ ਆਣ ਕੇ ਅੱਗੇ ਨਾਂ ਕਮਾਇਆ ਉਹਨਾਂ ਭਾਈ ਪਹਿਲੇ ਮਿਹਨਤ ਕੀਤੀ ਹੈ ਫਿਰ ਆਏ। ਤੁਸੀਂ ਵੀ ਮਿਹਨਤ ਕਰੋ ਜਿਤਰੋਂ ਤੁਸੀਂ ਮਿਹਨਤ ਕਰੋਗੇ ਅੱਗੇ ਆਓਗੇ ਫਿਰ ਤੁਹਾਡੇ ਤੁਹਾਨੂੰ ਕਿਸੇ ਨੂੰ ਕੱਟਣ ਵਾਸਤੇ ਜਾਂ ਤੁਹਾਡੇ ਤੋਂ ਅੱਗੇ ਜਾਣ ਵਾਸਤੇ ਜਾਂ ਅੱਗੇ ਵਧਣ ਵਾਸਤੇ ਉਹਨੂੰ ਤੁਹਾਡੇ ਤੋਂ ਜ਼ਿਆਦਾ ਮਿਹਨਤ ਕਰਨੀ ਪਏਗੀ ਤੇ ਠੀਕ ਹੈ ਦੋਸਤੋ ਆਪਣੀ ਮਿਹਨਤ ਦੀ ਸਿਰ ਤੇ ਅੱਗੇ ਆਓ ਓਕੇ ਜੀ ਅੱਲਾਹ ਹਾਫਿਜ਼ ਮਿਲਨੇ ਨੈਕਸਟ